ਸਤਨਮ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਵਨੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਤਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਖਿੰਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕੈਸ ਥੈ ਰੋਵਹਿ ਰੋਜ ਕੀਤਾ ਕਿਛੂ ਨ ਹੋਵਾਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਬਿਯੋਗ ਨਾਨਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਦ ਸੰਗ ਬਿਨ ਸਹਿ ਸਬੇ ਸੋਚ ਨਾਨਕ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ પરમ સત્કાર યોગ ગુરુ રૂપ ગુરુ ખાલસા સાથ સંગત જીઓ આપ ਜੀਆਂ ਨੇ ਕਤਕ ਮਹੀਨੇ ਦਾ ਪਾਠ ਸਰਵਨ ਕੀਤਾ ਹੈ ਅੱਜ ਕਤਕ ਮਹੀਨੇ ਦੀ ਪਾਵਨ ਸੰਗ੍ਰਾਂਦ ਦਾ ਦਿਹਾੜਾ ਹੈ ਆਓ ਕੁਝ ਕੁ ਸਮਾਂ ਗੁਰਬਾਣੀ ਦੀ ਵਿਚਾਰ ਕਰਨ ਦਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਇਸ ਕਤਕ ਮਹੀਨੇ ਦੇ ਰਾਹੀ ਸਤਿਗੁਰੂ ਜੋ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਾਡਾ ਭਲਾ ਕਰਨ ਵਾਸਤੇ ਸਾਨੂੰ ਉਪਦੇਸ਼ ਦੀ ਦਾਤ ਇਸ ਮਹੀਨੇ ਦੇ ਰਾਹੀਂ ਬਖਸ਼ ਰਹੇ ਨੇ ਆਖੋ ਆਓ ਅਖਰੀ ਅਰਥ ਵਿਚਾਰ ਕਰਕੇ ਆਪਾਂ ਸਮਾਪਤੀ ਕਰਨੀ ਹੈ ਸਮਝਣ ਦਾ ਯਤਨ ਕਰਨਾ ਹੈ ਕਤਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ ਸਤਗੁਰੂ ਕਹਿਣ ਲੱਗੇ ਵੀ ਕਤਕ ਦੇ ਮਹੀਨੇ ਰਾਈ ਮਹਾਰਾਜ ਉਪਦੇਸ਼ ਦਿੰਦੇ ਨੇ ਮਨੁੱਖ ਕਰਮ ਆਪਣੇ ਆਪ ਕਮਾਉਂਦਾ ਹੈ ਕਰਮ ਮਾੜੇ ਤੇ ਚੰਗੇ ਆਪ ਕਰਦਾ ਪਰ ਜਦੋਂ ਕੀਤੇ ਹੋਏ ਬੁਰੇ ਕਰਮਾਂ ਦਾ ਦੁੱਖ ਰੂਪ ਵਿੱਚ ਫਲ ਮਿਲਦਾ ਤੇ ਫਿਰ ਦੋਸ਼ ਦੂਸਰਿਆਂ ਨੂੰ ਅਰਪਣ ਕਰਦਾ ਹੈ ਮਹਾਰਾਜ ਕਹਿਣ ਲੱਗੇ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਭਲਿਆ ਤੂੰ ਕਰਮ ਆਪ ਕਰ ਰਿਹਾ ਹੈ ਤੇ ਕਿਸੇ ਦੂਸਰੇ ਨੂੰ ਦੋਸ਼ ਨਾ ਦੇ ਤੇਰੇ ਕੀਤੇ ਹੇ ਕਰਮਾਂ ਦਾ ਫਲ ਹੀ ਤੈਨੂੰ ਮਿਲ ਰਿਹਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਤੇ ਜਿਹੜੇ ਮਨੁੱਖਾਂ ਨੂੰ ਪਰਮੇਸ਼ਵਰ ਦੀ ਯਾਦ ਭੁੱਲ ਜਾਂਦੀ ਪਰਮੇਸ਼ਵਰ ਭੁੱਲ ਜਾਂਦਾ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੇ ਦੁੱਖ ਤੇ ਕਲੇਸ਼ ਆ ਕੇ ਵਿਆਪਨ ਲੱਗ ਪੈਂਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਤੇ ਕਲੇਸ਼ ਡੇਰਾ ਲਾ ਲੈਂਦੇ ਨੇ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਜਿਹੜੇ ਜੀਵ ਰਮੇ ਹੋਏ RAM ਤੋਂ ਬੇਮੁਖ ਹੋ ਜਾਂਦੇ ਨੇ ساری ਜ਼ਿੰਦਗੀ ਮੰਨ ਕਰਕੇ ਪਰਮਾਤਮਾ ਤੋਂ ਵਾਹਿਗੁਰੂ ਜੀ ਤੋਂ ਬੇਮੁਖ ਹੋ ਕੇ ਰਹਿੰਦੇ ਨੇ ਉਹਨਾਂ ਨੂੰ ਫਿਰ ਜਨਮਾਂ ਜਨਮਾਂ ਦੇ ਲੰਮੇ ਵਿਛੋੜੇ ਪੈ ਜਾਂਦੇ ਨੇ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਤੇ ਜਿੰਨਾ ਮਾਇਕ ਪਦਾਰਥਾਂ ਦੇ ਪਿੱਛੇ ਲੱਗ ਕੇ ਇਹ ਮਨੁੱਖ ਵਾਹਿਗੁਰੂ ਪਰਮੇਸ਼ਵਰ ਨੂੰ ਭੁੱਲ ਜਾਂਦਾ ਇੱਕ ਖਿੰਨ ਦੇ ਵਿੱਚ ਇਹ ਸਾਰੇ ਕੌੜੇ ਦੁੱਖਦਾਈ ਲੱਗਣ ਲੱਗ ਜਾਂਦੇ ਨੇ ਜੀਵ ਲਈ ਦੁੱਖਦਾਈ ਹੋ ਜਾਂਦੇ ਨੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਸਤਗੁਰੂ ਕਹਿਣ ਲੱਗੇ ਹੁਣ ਐਸੀ ਦੁਖੀ ਹਾਲਤ ਵਿੱਚ ਬੰਦਾ ਰੋਜ਼ਾਨਾ ਕਿਹਦੇ ਕੋਲ ਬੈਠ ਕੇ ਆਪਨੇ ਦੁੱਖ ਰੋਵੇ ਕਿਉਂਕਿ ਇਹਦੇ ਵਿੱਚ ਕੋਈ ਵਿਚੋਲਗੀ ਤਾਂ ਕਰ ਹੀ ਨਹੀਂ ਸਕਦਾ ਕਿ ਬੰਦਾ ਬੰਦੇ ਨੂੰ ਰੱਬ ਨਾਲ ਮਿਲਾ ਦੇ ਬੰਦੇ ਕੋਲ ਐਸੀ ਤਾਕਤ ਨਹੀਂ ਕਿਉਂਕਿ ਜਿਹੜਾ ਆਪ ਟੁੱਟਿਆ ਹੋਇਆ ਉਹ ਦੂਸਰੇ ਨੂੰ ਰੱਬ ਨਾਲ ਕਿਵੇਂ ਜੋੜੇਗਾ ਕੋਈ ਵਿਚੋਲਗੀ ਨਹੀਂ ਕਰ ਸਕਦਾ ਕਿਹਦੇ ਕੋਲ ਬੈਠ ਕੇ ਦੁੱਖ ਰੋਈਏ ਕੀਤਾ ਕਿਛੂ ਨਾ ਹੋワイ ਲਿਖਿਆ ਤੁਰ ਸੰਜੋਗ ਸਤਿਗੁਰੂ ਕਹਿਣ ਲੱਗੇ ਹੁਣ ਬੰਦੇ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਇਹਦੇ ਕੋਲ ਕੋਈ ਤਾਕਤ ਨਹੀਂ ਵੀ ਆਪਣੇ ਕੀਤੇ ਆ ਇਹ ਕੁਝ ਕਰ ਸਕੇ ਮਹਾਰਾਜ ਕਹਿਣ ਲੱਗੇ ਇਹਦੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਜੋ ਤੁਰ ਤੋਂ ਲਿਖਿਆ ਉਹ ਇਹਨੂੰ ਭੋਗਣਾ ਪੈ ਰਿਹਾ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਜੇ ਕਿਤੇ ਮਨੁੱਖ ਦੇ ਵੱਡੇ ਭਾਗ ਜਾਗ ਪੈ ਤੇ ਪਰਮਾਤਮਾ ਆਪ ਇਹਨੂੰ ਆ ਕੇ ਮਿਲਦਾ ਹੈ ਤੇ ਜਦੋਂ ਪਰਮਾਤਮਾ ਮਿਲ ਜਾਏ ਫਿਰ ਇਹ ਦੇ ਕੀਤੇ ਹੋਏ ਸਾਰੇ ਦੁੱਖ ਤੇ ਪਾਪ ਮਿਟ ਜਾਂਦੇ ਨੇ ਵਿਛੋੜਾ ਸੰਜੋਗ ਦੇ ਵਿੱਚ ਮਿਲਾਪ ਦੇ ਵਿੱਚ ਬਦਲ ਜਾਂਦਾ ਹੈ ਨਾਨਕ ਕਉ ਪ੍ਰਭ ਰਾਖਲੇਹ ਮੇਰੇ ਸਾਹਿਬ ਬੰਦੀ 모ਚ ਇਸ ਲਈ ਸਤਿਗੁਰੂ ਕਹਿੰਦੇ ਭਾਈ ਤੂੰ ਬੇਨਤੀ ਕਰਿਆ ਕਰਕੇ ਹੈ ਵਾਹਿਗੁਰੂ ਸਤਿਗੁਰੂ ਜੀ ਤੁਸੀਂ ਬੰਦਨਾ ਤੋਂ ਮੁਕਤ ਕਰਨ ਵਾਲੇ ਹੋ ਕੈਦ ਤੋਂ ਛੁਡਾਉਣ ਵਾਲੇ ਹੋ ਮੇਰਾ ਮਨ ਵਿਕਾਰਾਂ ਦੀ ਕੈਦ ਵਿੱਚ ਫਸ ਚੁੱਕਾ ਹੈ ਕਿਰਪਾ ਕਰੋ ਮੈਨੂੰ ਇਹਨਾਂ ਵਿਕਾਰਾਂ ਤੇ ਸੰਸਾਰ ਦੇ ਜੰਜਾਲਾਂ ਵਿੱਚੋਂ ਛੁਡਾ ਲਓ ਮੇਰੀ ਬੰਦ ਖਲਾਸੀ ਕਰਾ ਲੋ ਮੈਨੂੰ ਰੱਖ ਲੋ ਕਤਕ ਹੋਵੇ ਸਾਧ ਸੰਗ ਦਿਨ ਸਹਿ ਸਭੇ ਸੋਚ ਕਤਕ ਦੇ ਮਹੀਨੇ ਰਈ ਸਤਗੁਰੂ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਇਸ ਮਨੁੱਖਾ ਜਨਮ ਦੇ ਅੰਦਰ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਦੀ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਸਤਗੁਰੂ ਕਹਿਣ ਲੱਗੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਉਹਨਾਂ ਦੇ ਸਾਰੇ ਝੋਰੇ ਮੁੱਕ ਜਾਂਦੇ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਗੁਰੂ ਕਿਰਪਾ ਕਰੇ ਇਹ ਸੀ ਸੰਖੇਪ ਦੀ ਵਿਚਾਰ ਇਸ ਕਤਕ ਦੇ ਮਹੀਨੇ ਦੀ ਸਤਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਇਹ ਕਤਕ ਦਾ ਮਹੀਨਾ ਸਮੂਹ ਸੰਗਤਾਂ ਵਾਸਤੇ ਸਤਗੁਰੂ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣ ਸਭਨਾ ਦਾ ਭਲਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ